उधर ही कैबिनेट मंत्री कुलदीप सिंह धालीवाल अजनाला पहुंचे। पिंड खतराए खुरद की डिस्पेंसरी का उन्होंने दौरा किया। विधवा औरत को सर्टिफिकेट दवाने के लिए धालीवाल डिस्पेंसरी पहुंचे। दस दिए कि एएनएम अपनी ड्यूटी तो गैर हाजिर सी। कैबिनेट मंत्री ने कार्रवाई करने की गल कही है। ਕਿੱਥੇ ਹੋ ਤੁਸੀਂ ਮੈਡਮ? ਕਿੱਥੇ ਹੋ? ਮੈਂ ਤੁਹਾਡੇ ਹਸਪੀਟਲ ਆਇਆ। ਕਿੱਥੇ ਹੋ ਤੁਸੀਂ? ਚੇਤਪੁਰੇ ਕਰਦੇ ਹੋ? ਤੁਸੀਂ ਹਾਜ਼ਰੀ ਇੱਥੇ ਲਾ ਕੇ ਗਏ? ਹਾਂ ਹਾਂ। ਤੁਸੀਂ ਤੁਸੀਂ ਲਿਖ ਕੇ ਨਹੀਂ ਗਏ? ਤੁਸੀਂ ਲਿਖ ਕੇ ਨਹੀਂ ਗਏ ਇੱਥੇ? ਇੱਥੇ ਲਿਖ ਕੇ ਕਿਉਂ ਨਹੀਂ ਗਏ? ਨਹੀਂ ਨਹੀਂ ਨਹੀਂ, ਮੈਂ ਤੁਹਾਡੀ ਐਬਸੈਂਟ ਲਾਉਣ ਲੱਗਾ, ਤੁਹਾਡੇ ਖਿਲਾਫ਼ ਕਾਰਵਾਈ ਕਰੂੰਗਾ। ਇੱਕ ਲੜਕੀ ਵਿਚਾਰੀ ਗਰੀਬ ਜਿਹਦਾ ਘਰ ਵਾਲਾ ਮਰ ਗਿਆ, ਇਹਨੇ ਮੌਤ ਦਾ ਸਰਟੀਫਿਕੇਟ ਲੈਣਾ। ਇਹ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਇੱਥੇ ਤੁਰੀ ਫਿਰਦੀ ਆ। ਤੁਸੀਂ ਹਰਜਿੰਦਰ ਕੌਰ ਆ? ਸਰ ਸਰ ਸਾਥੀ, ਇਹਨਾਂ ਨਾਲ ਗੱਲ ਕਰਾਓ, ਮੈਡਮ ਨਾਲ ਗੱਲ ਕਰਾਓ। ਤੁਸੀਂ ਨੀ ਗੱਲ ਕਰਦੀ, ਮੈਡਮ ਨਾਲ ਗੱਲ ਕਰਾਓ। ਤੋ ਮੈਡਮ ਨਾਲ ਗੱਲ ਕਰਾਓ ਜੀ, ਮੈਡਮ ਨਾਲ ਗੱਲ ਕਰਾਓ ਪਹਿਲਾਂ। ਹਾਂ, ਹਰਜਿੰਦਰ ਕੌਰ ਮਲਕੀਤ ਸਿੰਘ ਦੀ ਘਰ ਵਾਲੀ, ਮਲਕੀਤ ਸਿੰਘ ਦੀ ਡੈਥ ਹੋ ਗਈ ਆ ਖਤਰਾ ਖੁਰਦ ਤੋਂ। ਪਿਛਲੇ 3 ਮਹੀਨਿਆਂ ਤੋਂ ਤੁਹਾਡੇ ਕੋਲ ਗੇੜੇ ਮਾਰ ਰਹੇ ਆ, ਤੁਸੀਂ ਸਹਿਮ ਕਿਉਂ ਨੀ ਗੱਲ ਕਰ ਦਿੰਦੇ? ਤੁਸੀਂ ਇਹਨਾਂ ਦੇ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਿਉਂ ਨੀ ਕਰਕੇ ਦਿੰਦੇ? ਹਰਜਿੰਦਰ ਕੌਰ ਆ ਮੇਰੇ ਨਾਲ ਆਈ ਆ ਗਰੀਬ ਔਰਤ, ਸਭ ਗੁਰੂ ਨਾਨਕ ਹਾਸਪਿਟਲ ਨੇ ਲਿਖਿਆ ਆ, ਫਾਈਲ ਮੇਰੇ ਹੱਥ ਚ ਆ, ਤੁਹਾਡੇ ਸਾਈਨ ਹੋਣੇ ਆ, ਇਹਨਾਂ ਨੂੰ ਸਰਟੀਫਿਕੇਟ ਮਿਲਣਾ। ਤੁਸੀਂ ਸਾਈਨ ਨੀ ਕਰਦੇ, ਮੇਰੇ ਲੋਕ ਪੈਸੇ ਮੰਗਦੇ? ਤੁਸੀਂ ਕੋਈ ਗੱਲ ਨੀ, ਤੁਹਾਡੇ ਖਿਲਾਫ਼ ਮੈਂ ਕਾਰਵਾਈ ਲੱਗਾ ਕਰਨ। ਮੈਂ ਹੈਲਥ ਮਿਨਿਸਟਰ ਨੂੰ ਲਿਖ ਕੇ ਭੇਜਣ ਲੱਗਾ, ਤੁਹਾਨੂੰ ਮੈਂ ਦੱਸਦਾ ਕਿੱਦਾਂ ਲੋਕਾਂ ਨੂੰ ਖਿਲਾਫ਼ ਕਰੀਦਾ। ਮੈਂ ਕਿਹਾ ਤੁਸੀਂ ਛੱਡੋ, ਤੁਹਾਨੂੰ ਮੈਂ ਦੱਸਦਾ। ਹਾਂ ਆ ਜਾਓ, ਛੱਡੋ ਜੀ, ਕੋਈ ਗੱਲ ਮੈਂ ਕਹਿੰਦਾ ਨਾਂ ਲਿਖ ਸਕਦਾ ਕੋਈ ਪੋਸਟ ਲਿਖੇ ਦੀ ਦਾਦਾ, ਪੋਸਟ ਲਿਖ ਦੀ ਨਾ ਨਾ ਸੌਰੀ ਕੋਈ ਨੀ, ਇਹ ਗਰੀਬ ਲੋਕਾਂ ਨੂੰ ਖਰਾਬ ਕਰਦੇ ਤੁਸੀਂ। ਇਹਦਾ ਪੋਸਟ ਲਿਖੀ ਹੈ, ਇਹਦੀ ਪੋਸਟ ਲਿਖ, ਪੋਸਟ ਲਿਖ, ਪੋਸਟ ਲਿਖ, ਕੀ ਹੈ ਪੋਸਟ।